हेलो दोस्तों, आदाब, नमस्ते एंड सत श्री अकाल। दोस्तों, ब्रदर गया बाहर ते महल हाथ में मड़ी तूड़ी। तो तूड़ी नहीं लहा होंदी है कि चलो लहाओ तूड़ी, चलो चलो बनो लहाओ तूड़ी, चलो लहाओ डैडा जी ने तूड़ी। हा चलो टें टें, चलो तेरी भी बनाई जाएगी फिल्म। चलो 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 अगे हो। बस जी तू कह मैं जी बैग पा लिया तो मैं हुण चले स्कूले, है ना, जद के सारे देश नूं छुट्टियां है तो मेरे नाल स्कूल लगा है ना। चलो कुंडा खोलो। हाँ जी, हाँ देख अपने बलैतिया। नहीं नहीं ठीक है ठीक है, हौली हौली पुत, हौली हौली। हाँ देख अपने जाने के बूटे लगे जड़े। नहीं नहीं रहन दो पुत, खुला रहन दो। चलो आ देख अपने, आ देख, आ देखो इधर आके महाराज शिमला मिर्च लगी। ओके 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 वेरी, ओया हो जानी तो ठीक है। और एक दो तीन चार पांच, यानी कि तीन तीन चार चार आए, तीन कुड़ियां आ गई। टमाटर भी लगने शुरू हो गए अपने हुण। हाँ भी मिर्चा भी उत्थों लैंदियां, और बैंगन भी उत्थों लैंदे आ। हाँ मिर्चा आ देख तो इधर आके अपने, हुण यानी कि इन्हां फल पैण नूं तैयार आ मिर्चा नूं भी, होर थोड़े टाइम तक पै जाऊगा। ग्रीन हाउस इस हिसाब ना बनाया भी यानी कि जिहड़ियां करेले दियां बेलां आ ना सारियां उपर चढ़नियां ते करेले यानी कि थल्ले रहने। इहनूं यानी कि बहुत मेहनत बहुत कीती आपां। बस इदां ही आ, देख लो फिर टाइम लगदा आ किसी भी चीज़ नूं। हुण आपणियां करेलियां जिद्दां इत्थे लाईआं ते इह आपणियां बेलां तुर पईआं आ, ठीक है नी। ते आपणे यानी कि तकरीबन आ देख लो तुसीं, इधर भी टमाटर उधर भी टमाटर ਤੇ ਸਾਰੇ ਆਹ ਜਿਹੜੇ ਆਪਾਂ ਜਾਣੀ ਕਿ ਪਿਆਜ਼ ਇਹ ਪੱਟ ਦੇਣੇ ਆ ਇੱਥੋਂ। ਉਹ ਤਾਂ ਵੈਸੇ ਹੀ ਆ। ਆਹ ਇਹ ਆਪਣੇ ਦੇਖ ਲਾ ਤਰ੍ਹਾਂ ਨੂੰ ਕਿੱਦਾਂ ਫੁੱਲ ਤੁਰ ਪਏ ਹੁਣ, ਹਜੇ ਕਿੱਡੀ ਕਿੱਡੀ ਕੁ ਬੇਲ ਆ, ਹੈ ਕਿ ਨਹੀਂ। ਤੇ ਇਹ ਜਿੱਦਾਂ ਨਾ ਆਪਾਂ ਰਾਤੀ ਇਹਨਾਂ ਨੂੰ ਤਰਪੈਲ ਜਾਣੀ ਕਿ ਪਾ ਕੇ ਤੇ ਫੇਰ ਲਾਇਆ ਆ, ਯਾਨੀ ਕਿ ਅੱਜ ਤਾਂ ਚੱਲ ਵੈਸੇ ਮੌਸਮ ਵੀ ਠੰਡਾ ਹੀ ਆ। ਤਰਪਾਲ ਇਦਾਂ ਕਰਕੇ ਕਿੱਦਾਂ ਕੀ ਕਰੇ? ਤਰਪਾਲ ਜਿਹਦਾ ਪਾ ਕੇ ਵਿੱਚ ਉਹਦੇ ਥੋੜੇ ਥੋੜੇ ਜਗ੍ਹਾ 'ਚ ਉਹ ਸੁਰਾਖ ਕੱਢ ਕੇ ਤੇ ਆਪਾਂ ਫੇਰ ਲਾਏ ਆ ਹੁਣ ਇੱਥੇ। ਇਹ ਕੀ ਬਣੂਗਾ? ਇਹ ਯਾਨੀ ਕਿ ਇੱਦਾਂ ਆ ਜਿਹੜੀ ਯਾਨੀ ਕਿ ਤਰਪੈਲ ਦੇ ਵਿੱਚੋਂ ਬੂਟਾ ਬਾਹਰ ਆ ਜਾਊਗਾ ਤੇ ਇੱਥੇ ਯਾਨੀ ਕਿ ਕੱਖ ਘਾਹ ਕੁਛ ਨਹੀਂ ਹੋਣਾ, ਫਿਰ ਤਰਪੈਲ ਦੇ ਥੱਲੇ ਹੀ ਰਹੂਗਾ, ਉੱਪਰ ਪੱਧਰਾ ਹੀ ਰਹੂਗਾ ਬੂਟੇ ਨੂੰ, ਐਂ ਨੂੰ ਯਾਨੀ ਕਿ ਪੱਧਰਾ ਰੱਖੂਗਾ। ਹਾਂ ਅੜੀਆਂ ਤਾਂ ਕਰਨੀਆਂ ਹੀ ਆ, ਉਦੋਂ ਕਹਿਣਾ ਅਸੀਂ ਨਹੀਂ ਜਾਣਾ। ਹੁਣ ਅੱਜ ਇਹਨਾਂ ਦੀ ਯਾਨੀ ਕਿ ਗੋਡੀ ਕਰਕੇ ਇਹਨੂੰ ਮਿੱਟੀ ਚਾੜਨੀ ਯਾਰ, ਬਹੁਤ ਜ਼ਰੂਰੀ ਆ। ਗੋਡੀ ਜ਼ਰੂਰ, ਗੋਡੀ ਤਾਂ ਆਪੇ ਮੋਟੇ ਕੋਲ ਹੋਣਾ। ਉਹ ਤਾਂ ਬਲੇ ਤੇ ਪੱਟ ਹੁਣ ਤੇ ਆ ਗਏ ਹੁਣ ਪਿਆਜ਼, ਹੁਣ ਥੋੜੀ ਮੋਟੇ ਹੋਣੇ, ਇਹਨਾਂ ਨੂੰ ਗੋਡੀ ਕਰਾਂਗੇ ਤਾਂ ਰੰਬੀ ਵਿੱਚ ਵੱਜਣੀ ਇਹਨਾਂ ਦੇ ਤੇ ਨਹੀਂ। ਗਲਤ ਸੰਘਣੇ ਬਹੁਤ ਆ ਪਿਆਜ਼ ਤਾਂ ਭਾਈ, ਇੰਨੇ ਇੰਨੇ ਯਾਨੀ ਕਿ ਸੱਤ ਸੱਤ ਅੱਠ ਅੱਠ ਇੰਚ ਦੋ ਕੈਰੀ ਚਾਹੀਦੇ ਆ, ਬਸ ਜਿੰਨੇ ਉਹ ਪਾਲੀ ਕੈਰੀ 'ਚ ਲੱਗੇ ਆ ਉਨੇ ਚਾਹੀਦੇ ਸਾਰੇ, ਉਨੇ ਚਾਹੀਦੇ ਇਹ ਸਾਰੇ ਥਾਂ 'ਚ, ਫੇਰ ਗੱਲ ਬਣਦੀ। ਇੰਨੇ ਸੰਘਣੇ ਬੈਲੇ, ਇੰਨੇ ਬੈਰਲੇ, ਉਹ ਜਿੰਨਾ ਬੈਲਾ ਉਨੀ ਰੰਬੀ ਫੈਲਦੀ ਆ, ਉਨਾ ਹੀ ਫਿਰ ਜ਼ਿਆਦਾ ਮੋਟਾ ਪਿਆਜ਼ ਹੁੰਦਾ ਹੈ। ਮੋਤੋ ਕਿੱਥੇ ਇੱਦਾਂ ਪੀ ਹੋਣੀ ਹੋਰ ਪੀਣਾ ਕਰ ਦੋ। ਹਾਂਜੀ ਬਸ ਰੱਖ ਦਿਓ। ਚਲੋ ਉਹ ਦੇਖੋ ਉੱਧਰ ਟੈਨੂ ਆ ਜਾਓ, ਚੁੱਕਾਂ ਮੈਂ ਤੁਹਾਨੂੰ। ਚਲੇ ਤਾਰ ਸਾਫ਼ ਹੋ ਗਈ ਤਾਂ ਉੱਧਰ ਬਾੜ ਕਰਕੇ ਨਾ ਤਾਂ ਪੈਪੂ ਤਿਆਰ ਕਰ ਲਵਾਂਗੇ। ਕੀ ਆ ਗਿਆ ਵਿੱਚ, ਕੀ ਕਰਦੇ ਤੁਸੀਂ? ਅਸੀਂ ਤਾਂ ਤਾਰ ਆ ਇਕੱਠੀ ਕਰਦੇ, ਤੁਸੀਂ ਕੀ ਕਰਦੇ ਆ? ਆਹੋ ਤੁਸੀਂ ਕੰਮ ਕਰਦੇ ਉੱਥੇ, ਲਾਉਂਦੇ ਵੀ ਅਸੀਂ ਆ, ਵੱਢਦੇ ਵੀ ਅਸੀਂ ਆ।
ਉਦਾਂ ਵੀ ਛਾਪਾ ਗੱਡਿਆ ਇਕੱਲਾ ਹੀ ਬਹੁਤ ਆ। ਉਹ ਵੀ ਵੱਢ ਦਿਓ ਬਾਈ ਪਰਲੇ ਸਾਈਡ ਵਾਲਾ ਜਿਹੜਾ ਪਰੇ ਨਹੀਂ ਜਾਂਦਾ। ਹਾਂ ਹਾਂ ਵੱਢ ਦਿਓ ਵੱਢ ਦਿਓ ਵੱਢ ਦਿਓ। ਅੱਛਾ ਇੰਨੇ ਨਾਲ ਹੀ ਬਹੁਤ ਹੋ ਜਾਣਾ। ਪਾਣੀ ਕਿੱਧਰ ਗਿਆ? ਚਲੋ ਫਿਰ ਪਾਣੀ ਪੈਪ ਜਾ ਕੇ ਇੱਧਰ ਕਰ ਦਿੰਦੇ ਆਪਾਂ, ਕੋਈ ਗੱਲ ਨਹੀਂ ਫੇਕ ਹੀ ਹੋ ਗਿਆ। ਬਸ ਇੱਦਾਂ ਕਰਨੀ ਮੈਂ ਤਾਂ। ਆਜੋ ਇਹ ਸਬਜ਼ੀ ਤੋੜੀ, ਇੱਧਰ ਆਓ, ਮੰਮੀ ਤੋੜੂਗੇ। ਸੋਹਣੀਆਂ ਲੱਗਦੀਆਂ ਬੈਂਗਣਾਂ, ਪਤਾ ਨਹੀਂ ਕੀ ਗੱਲ ਹੋ ਗਈ। ਚੱਲ ਮੈਂ ਤਾਂ ਤੋੜ ਵਿੱਚ ਚੱਪਣ ਕੱਦੂ। ਹਾਂ ਪੰਜ ਹੈਗੇ ਆ। ਬੇਚਣ ਉਧਰ ਉਧਰ ਦੀ ਆ, ਨਹੀਂ ਪੰਜ ਹੋਣੇ ਚਾਹੀਦੇ। ਬੁੱਗੇ ਆਜੋ ਆਜੋ ਮੇਰਾ ਪੁੱਤ, ਹੈਂ ਆ ਪੱਠੇ ਸੜ ਦੇਣੇ ਬਾਈ, ਚੱਕ ਕੇ ਖੋਲ ਲਈ ਮਾੜੇ, ਆਜੋ ਚੱਲੀਏ। ਹੈ ਮਨਦੀਪ, ਮੈਂ ਕਿਹਾ ਚੱਪਣ ਕਦੋਂ ਪੰਜ ਲੱਗੇ ਮਾਤਾ, ਬਥੇਰੇ ਆ ਚਾਰ ਥੋੜੇ ਆ, ਫਿਰ ਇੱਕ ਕਿਲੋ ਹੋਣੇ, ਹੋਰ ਕੀ ਆ, ਕਿਲੋ ਹੀ ਉੱਦਾਂ ਵੀ ਤਾਂ ਲੈਣੇ ਹੁੰਦੇ ਆ। ਸ਼ਾਬਾਸ਼ ਪੁੱਤ ਸ਼ਾਬਾਸ਼, ਆ ਦੇਖੋ ਜੀ ਆਇਆ ਸਾਡੇ ਮੁੰਡਿਆਂ ਦੇ ਕੰਮ ਪਾਉਂਦੇ ਖਲਾਰਾ ਪੂਰਾ ਇਹ। ਇਹ ਅਸੀਂ ਆਪਣੇ ਜਾਣੀ ਕਿ ਘਰ ਦੇ ਵਿੱਚ ਸਪੈਸ਼ਲ ਅੱਜ ਮਠਿਆਈ ਤਿਆਰ ਕੀਤੀ ਆ, ਬਾਕੀ ਕੰਮਾਂ ਦੇ ਨਾਲ ਨਾਲ ਅੱਜ ਥੋੜ੍ਹਾ ਜਿਹਾ ਇਹ ਵੀ ਕੀਤਾ ਆ, ਬਟ ਇਹਦੀ ਵੀ ਰੈਸਪੀ ਬਹੁਤ ਜਲਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਲਓ ਜੀ ਆਪਣੇ ਘਿਓ ਵਰ ਹੋ ਗਏ ਆ ਤਿਆਰ ਬਣ ਕੇ, ਤਾਂ ਹੁਣ ਆਪਾਂ ਇਹਨਾਂ ਦੇ ਉੱਤੇ ਲਾਵਾਂਗੇ ਮਿੱਠਾ। ਬਟ ਅਸੀਂ ਜਾਣੀ ਕਿ ਖੋਇਆ ਨਹੀਂ ਲਾ ਰਹੇ ਹੈਗੇ, ਬਟ ਇਹਦੇ ਉੱਤੇ ਖੋਇਆ ਲੱਗਾ ਹੋਵੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣ ਰਿਹਾ ਇਹ, ਬਹੁਤ ਹੀ ਜ਼ਿਆਦਾ। ਪੀ ਆਏ ਹਾਂ, ਜਿਹੜੀ ਬਣਾਈ ਸੀ ਆਪਾਂ ਮਿਠਾਈ ਉਹ ਵੀ ਆਪਾਂ ਖਾ ਜਾਂਦੀ ਆ ਨਾਲ। ਇਹਨਾਂ ਨੂੰ ਪਾਣੀ ਪਾਉਣ ਵਾਲਾ ਪਿਆ ਹਜੇ ਨਿੰਬੂਆਂ ਨੂੰ, ਦੇਖ ਨੂੰ ਯਾਰ ਕਈ ਪਤਾ ਨਹੀਂ ਕਿੱਥੇ ਰੱਖ ਹੋ ਗਈ ਆ ਮੇਰੇ ਤੋਂ। ਕੀ ਆ ਬੁਕੇ, ਅੱਛਾ ਮਸ਼ੀਨ ਚੱਲਦੀ ਆ, ਉਹ ਤੂੜੀ ਵਾਲੇ ਪਿੱਛੇ ਮਸ਼ੀਨ ਚੱਲਦੀ ਆ, ਰੌਲਾ ਪਾਉਣ ਲੱਗਾ ਆ ਪਾਪਾ ਜੀ। ਉਹ ਮੈਂ ਕਿਹਾ ਚੱਲ ਇਹਨਾਂ ਨੂੰ ਇੱਕ ਕਿਹਾ ਜੀ ਰਹਿੰਦੀ, ਇਹਨਾਂ ਨੂੰ ਪਾਣੀ ਪਾ ਦਈਏ। ਰਾਜਮਾਂਹ ਉੱਧਰ ਨਹੀਂ ਲਾਏ, ਉੱਧਰ ਉਹੀ ਲਾਈਆਂ ਰਵਾਹਾਂ ਦੀਆਂ ਫਲੀਆਂ। ਮੈਂ ਕਿਹਾ ਚੱਲ ਆ ਵੀ ਕਰਕੇ ਦੇਖ ਲੈਂਦੇ ਹਾਂ ਇੱਕ ਵਾਰੀ ਐਕਸਪੀਰੀਅੰਸ ਕਿ ਨਹੀਂ, ਪਾਣੀ ਤਾਂ ਨਹੀਂ ਲੋੜ ਇਹਨਾਂ ਨੂੰ। ਉਹ ਬਹੁਤ ਆ, ਨਹੀਂ ਮੀਡੀਅਮ ਜੇ ਆ। ਲਸਣ ਦੀਆਂ ਗੱਠੀਆਂ ਤਿੰਨ ਚਾਰ ਦੇ ਦਵਾਂ। ਹਾਂ ਦੇਖੋ ਤਾਂ ਬਹੁਤ ਹੀ ਨੇ, ਸਹੀ ਆ। ਇਹ ਜਿਹੜੇ ਆਪਾਂ ਨਾ ਚੱਪਣ ਕੱਦੂ ਲਿਆਂਦੇ ਆਪਣੇ ਪਿੱਛੋਂ ਤੋੜ ਕੇ, ਉੱਧਰ ਲੱਗੇ ਆ ਜਿਹੜੇ ਆਪਣੀਆਂ ਬੇਲਾਂ ਨੂੰ। ਹੈਗੇ ਨੇ ਲਹਿਰੇ ਵੈਸੇ ਵਧੀਆ ਚੱਪਣ ਕੱਦੂ, ਵੱਡੇ ਵੱਡੇ ਸੁਕੇ ਡੱਡੇ। ਇੱਕ ਗੱਲ ਦਾ ਸੌਖ ਹੋ ਜੂਗਾ, ਹੁਣ ਘਰ ਦੀਆਂ ਸਬਜ਼ੀਆਂ ਖਾਵਾਂਗੇ, ਥੋੜ੍ਹਾ ਜਿਹਾ ਬਿਮਾਰੀਆਂ ਤੋਂ ਬਚ ਮਾਰੇ। ਮੰਮੀ ਕਹਿੰਦੇ
ਹੋਰ ਕੀ ਆ ਹਾਲ ਪਟਾਟੋ ਤਾਂ ਇੱਥੇ ਇਹਦੇ ਵਿੱਚ ਮਿਕਸ ਕਰ ਲੈਣੇ ਹੁਣ ਤੂੰ ਵੱਖਰੇ ਖਾਣੇ ਫਿਰ ਧੋਣੇ ਤਾਂ ਹੈਗੇ ਸਾਰੇ ਧੋਣੇ ਹੈ ਨਾ ਵੈਸੇ ਤਾਂ ਪੰਜ ਪਟਾਟੋ ਲਿਆਂਦੇ ਮੈਂ ਹੈਲਪ ਕਰਦਾ ਆ ਘਰਦਿਆਂ ਦੀ ਕੋਠੇ ਤੋਂ ਮਾਰਨਾ ਕੈਮਰਾ ਥੱਲੇ ਸਬਜ਼ੀਆਂ ਨੂੰ ਦੇਖਿਓ ਜਰਾ ਵੀਡੀਓ ਬਣਾਉਣਾ ਪਰ ਦਿਖੀ ਜਾਂਦੀ ਵੀਡੀਓ ਪਾਪਾ ਨੰਬਰ ਲੈ ਜਾਂਦੀ ਆ ਆਪੇ ਵੀਡੀਓ ਦੇਖੀ ਜਾਂਦੀ ਆਪੇ ਵੀਡੀਓ ਦੇਖੀ ਜਾਂਦੀ ਨਵੇਂ ਦੋਸਤੋ ਬਾਕੀ ਕੰਮ ਸਾਰੇ ਨਿਬੜ ਗਏ ਆ ਗੋਹਾ ਕੂੜਾ ਵੀ ਚੱਕ ਦਿੱਤਾ ਆ ਅਤੇ ਮੱਝ ਨੂੰ ਪਾਣੀ ਵੀ ਜਾਣ ਕੇ ਤਕਰੀਬਨ ਡਾ ਹੀ ਦਿੱਤਾ ਆ ਹੁਣ ਮੈਂ ਵੀ ਪਾਣੀ ਪੀ ਲਿਆ ਆ ਅਤੇ ਬਸ ਹੁਣ ਚੱਲੀਏ ਅੰਦਰ ਇਹ ਕੰਮ ਨਿਬੇੜ ਕੇ ਤਾਂ ਬਾਕੀ ਜੇ ਸਾਡੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ।